ਕਹਿ ਨਾਨਕ ਲਈ ਧਿਆਏ ਕਰੇ ਮੇਰੇ ਗੁਰਪ੍ਰੇਮ ਦਾਸ ਰਾਮ ਦਾ ਸਿਵ ਹੀ ਸਹਾਇਆ ਜਨ ਹਰ ਸ੍ਰੀ ਅਦਾਏ ਸ੍ਰੀ ਅਰਜਨ ਧਿਆਈਏ ਜਿਸ ਡਿੱਠੇ ਜੈ ਜੈ ਗੁਰੂ ਹਰਿ ਦਿਨ ਚਰਨਾ ਕੋਲਾ ਪਾਸ ਅਰਦਾਸ ਬੇਨਤੀ ਹੈ ਵਾਹਿਗੁਰੂ ਜੀਓ ਆਪ ਜੀ ਦੇ ਸਮੂਹ ਨਗਰ ਵੱਲੋਂ ਵਾਹਿਗੁਰੂ ਜੀਓ ਅੱਜ ਦੁਸਹਿਰੇ ਦੇ ਮੇਲੇ ਨੂੰ ਖੁੱਤੀਆਂ ਦੇ ਮੁੱਖ ਰੱਖਦਾ ਹੈ ਵਾਹਿਗੁਰੂ ਜੀਓ ਆਪ ਜੀ ਦੀ ਸਮੂਹ ਸਾਧ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਵਾਹਿਗੁਰੂ ਜੀਓ ਰਲ ਮਿਲ ਕੇ ਆਪੀਆਂ ਜਾ ਰਹੀਆਂ ਹਨ ਵਾਹਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ ਜੀ ਵਿਦਿਆਰਥੀਆਂ ਦੇ ਸਿਰ 'ਤੇ ਮੇਲ ਭਰਿਆ ਰੱਖਣਾ ਵਾਹਿਗੁਰੂ ਜੀਓ ਆਪ ਜੀ ਨੇ ਆਪਣਾ ਸੱਚੇ ਮੇਲ ਭਰਾਤ ਰੱਖੇ ਜੀ ਕਿਸੇ ਦੇ ਸੱਚ ਲੱਗਣ ਤੋਂ ਆਪ ਜੀ ਦੇ ਅੰਗ ਸੰਗ ਹੋ ਕੇ ਸੱਚਾ ਕਰਨੀ ਜੀ ਸੰਗਤ ਖਿਡਾਰੀਆਂ ਨੂੰ ਆਪਸ ਵਿੱਚ ਮਿਲ ਜੁਲ ਕੇ ਅਹਿਮ ਜੀ ਬਲਬੁੱਧੀ ਬਖਸ਼ਿਸ਼ ਕਰਨੀ ਆਪ ਜੀ ਨੇ ਕਿਰਪਾ ਕਰਨੀ ਜੀ ਖਿਡਾਰੀਆਂ ਨੂੰ ਬਲਬੁੱਧੀ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸੱਚਾ ਕਰਨੀ ਜੀ ਨਗਰ ਖੇੜੇ ਵਿੱਚ ਸੁੱਖ ਸ਼ਾਂਤੀ ਦੇ ਯੋਗਤਾ ਗੁਰਸਿੱਖੀ ਜੀਵਨ ਆਮਦਾਨ ਦੀ ਅਦਾਤਾ ਬਖਸ਼ਿਸ਼ ਕਰਨੀਆਂ ਵਾਹਿਗੁਰੂ ਜੀਓ ਇਸ ਵਕਤ ਹੁਣ ਕਬੱਡੀ ਦੇ ਮਾਹੌਲ ਸ਼ੁਰੂ ਹੋਣ ਲੱਗੇ ਹਨ ਆਪ ਜੀ ਨੇ ਕਿਰਪਾ ਕਰਨੀ ਵਾਹਿਗੁਰੂ ਜੀਓ ਕਬੱਡੀ ਸ਼ੁਰੂ ਕਰਨ ਦੀ ਬਾਰ ਵਿੱਚ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ ਅਨੰਦਸਰ ਦੀਆਂ ਸੇ ਪੌੜੀਆਂ ਦੇ ਜਾਪ ਕੀਤੇ ਗਏ ਹਨ ਅੱਖਰ ਵਾਧਾ ਘਾਟਾ ਪੁੱਛਣਾ ਕਰਨ ਲੱਗੇ ਤੋਂ ਸੁੱਖ ਅਤੇ ਸਪਸ਼ਟ ਗੁਰਵਾਣੀ ਪੜ੍ਹਨ ਦੀ ਬਾਰ ਵਿੱਚ ਬਖਸ਼ਿਸ਼ ਕਰਨੀ ਜੀ ਆਪ ਜੀ ਨੇ ਕਿਰਪਾ ਕਰਨੀ ਜੀ ਕਲੱਬ ਦੇ ਮੈਂਬਰਾਂ ਦੇ ਸਿਰ 'ਤੇ ਮੇਲ ਭਰਿਆ ਰੱਖਣਾ ਵਾਹਿਗੁਰੂ ਜੀਓ ਸਮੂਹ ਕਮੇਟੀ ਦੇ ਸਿਰ 'ਤੇ ਮੇਲ ਭਰਿਆ ਰੱਖਣਾ ਵਾਹਿਗੁਰੂ ਜੀਓ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ ਸਾਰੇ ਲੰਗਰ ਦੇ ਸਿਰ 'ਤੇ ਮੇਲ ਭਰਿਆ ਰੱਖਣਾ ਵਾਹਿਗੁਰੂ ਜੀਓ ਆਪ ਜੀ ਨੇ ਮੇਲੇ ਦੇ ਵਿੱਚ ਆਪਣਾ ਸਿਰ 'ਤੇ ਮੇਲ ਭਰਿਆ ਰੱਖ ਕੇ ਵੀ ਕੋਈ ਵੀ ਵਿਘਨ ਨਾ ਆਉਣ ਦੇਣਾ ਵਾਹਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ ਜੀ ਮੇਲਾ ਆਪ ਜੀ ਦੀ ਸੁਭ ਮਨੋਕਾਮਨਾ ਨਾਲ ਭਰਿਆ ਜਾਵੇ ਵਾਹਿਗੁਰੂ ਜੀਓ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੀ ਸਮੂਹ ਸਾਧ ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਅੰਮ੍ਰਿਤ ਮਿਕਰਾ ਪ੍ਰਸ਼ਾਦੀ ਦੇ ਹਾਜ਼ਰ ਹੈ ਜੀ ਆਪ ਜੀ ਭੋਗ ਲਾਭ ਲੱਗਿਆ ਹੋਇਆ ਭੋਗ ਸੀ ਪ੍ਰਸਾਦ ਜੋ ਵੀ ਸਮਝ ਸਕੇ ਸੋ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ ਸਹੀ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤਾ ਹੋਏ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਕਾ ਖਾਲਸਾ ਆਰੇ ਕੋ
ਵੇਟ ਕਰੇ ਜੀ ਮਾੜਾ ਜੀ। ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਬੱਡੀ ਪੈਂਤੀ ਵਾਲੇ ਐਂਟਰੀ ਕਰਾ ਲਓ ਜਲਦੀ ਵਾਲੀ ਤੁਹਾਡੇ ਮੈਂ ਥੋੜੇ ਸਮੇਂ ਨੂੰ ਸ਼ੁਰੂ ਕਰ ਦਾਂਗੇ। ਹੁਣ ਆਪਾਂ ਕੰਡਾ ਵੀ ਲਿਓ ਬਈ ਕੰਡਾ ਚਲੋ ਜੀ ਕੱਟ ਦੋ ਕੱਟੋ ਜੀ ਕੱਟੋ ਉਧਰ ਕਹਿੰਦੇ ਅੱਧੇ ਦਿਨ ਦਾ ਉਦਘਾਟਨ ਜਿਹੜਾ ਕੀਤਾ ਗਿਆ ਹੈ ਬਾਬਾ ਨਾਰਾਇਣ ਦਾਸ ਜੀ ਬਾਬਾ ਕੁਲਵੰਤ ਦਾਸ ਜੀ ਨਾਲ ਹੈ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ ਵੀ ਸਾਧੂ ਰਹਿੰਦੇ ਜੱਗ ਦੇ ਬਗਾਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ ਲਓ ਉਧਰ ਕਹਿੰਦੇ ਉਦਘਾਟਨ ਜਿਹੜਾ ਕਰ ਦਿੱਤਾ ਹੈ ਅੱਜ ਦੇ ਟੂਰਨਾਮੈਂਟ ਦਾ ਮੇਰੀ ਵੀਰੋ ਤਿਆਰ ਸ਼ੋਅ ਮੈਚ ਸ਼ੁਰੂ ਹੈ ਤੇ ਮੇਰੀ ਬੇਨਤੀ ਆ ਪੈਂਤੀ ਵਾਲਿਆਂ ਨੂੰ ਵੀ ਐਂਟਰੀ ਕਰਾ ਲਓ ਜਲਦੀ ਨਾਲ ਹੀ ਦਸ ਟੀਮ ਐਂਟਰ ਹੋ ਗਈਆਂ ਸੋਲਾਂ ਟੀਮ ਐਂਟਰ ਕਰਦੀਆਂ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਮੇਰੇ ਵੀਰੋ ਅੱਜ ਰੈਫਰਸ਼ਿਪ ਕਰਨਗੇ ਸਾਡੇ ਵੀਰ ਕਾਲਾ ਝਰੇੜੀ ਜੀ ਤੇ ਨਾਲ ਰਾਜ ਕਕਰਾਲਾ ਜੀ ਹੈਲੋ ਬਾਜਣ ਤਿੰਨ ਕਰਵਾਉਣੇ ਜੀ ਹੁਣ ਐਂਟਰੀ ਬੰਦ ਆ ਕੋਈ ਵੀ ਟੀਮ ਨਾ ਆਵੇ ਐਂਟਰੀ ਲਈ ਕੋਈ ਟੀਮ ਨਾ ਆਵੇ ਐਂਟਰੀ ਦੇ ਲਈ ਉਧਰ ਮੈਚ ਲਾਓ ਸਾਹਮਣੇ ਕਹਿੰਦੇ 35 ਕਿਲੋ ਦਾ ਸ਼ੋਅ ਮੈਚ ਹੈ ਪੜਾਕੇ ਕਹਿੰਦੇ ਆ ਛੋਟੇ ਛੋਟੇ ਬੱਚੇ ਵੀ ਪਵਾਉਣਗੇ ਬੱਲੇ ਬੱਲੇ ਹੋਊਗੀ ਜਰੂਰ ਆ ਲਾਓ ਸਾਹਮਣੇ ਹੁੰਦੀ ਕਮਾਲ ਨੰਬਰ ਰੇਡਰ ਦਾ ਨੰਬਰ 28 ਆਪਣੀ ਟੀਮ ਦੇ ਲਈ ਜੋੜਦਾ ਹੈ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਲੰਗੜੋਈ ਪਿੰਡ ਵਾਲਾ ਫੇਰ ਕਹਿੰਦੇ ਵਧਿਆ ਹੋਇਆ ਹੈ ਯਾਥੀ ਕਹਿੰਦੇ ਤਿੰਨ ਤਿਆਰ ਨੇ ਉਧਰ ਗੁੱਟ ਫੜ ਕੇ ਕਹਿੰਦੇ ਤੇਜੀ ਵੱਜ ਗਈ ਹੈ ਹੁੰਦੀ ਸੀ ਕਮਾਲ ਫੇਰ ਦੇ ਮੈਦਾਨ ਅੰਦਰ ਆ ਲੱਗਦਾ ਹੋਇਆ ਜੋਰ ਬੀਤਦਾ ਸਮਾਂ ਆ ਹੁੰਦੀ ਸੀ ਕਮਾਲ ਹੈ ਨਾ ਹੋਈ ਚੌਰ ਮੁੰਡਾ ਬੱਲੇ ਬੱਲੇ ਕਰਵਾ ਗਿਆ ਹੈ ਜੱਫਾ ਟੁੰਡ ਕੇ ਲਾ ਗਿਆ ਗੱਲਾਂ ਵੱਖਰੀਆਂ ਬਣਾ ਗਿਆ ਮੈਂ ਵੀ ਕੰਡਾ ਕਮੇਟੀ ਨੂੰ ਬੇਨਤੀ ਹੈ ਕੰਡੇ
ਭਜਨ ਕਰਵਾ ਲੈਣ। ਲਓ ਸਾਹਮਣੇ ਪੇਂਡੀ ਦੀ ਰੇਡ ਹੈ, ਖੇਡ ਦੇ ਮੈਦਾਨ ਦਾ ਉਧਰ ਟੀਮਾਂ ਦਾ ਬਜਾ ਜਿਹੜਾ ਕੀਤਾ ਜਾ ਰਿਹਾ, ਵਜਨ ਤੋਂ ਬਾਅਦ ਟੀਮਾਂ ਦੇ ਮੈਚ ਸ਼ੁਰੂ ਹੋਣਗੇ ਤੇ ਪੇਂਡੀ ਵਾਲੇ ਗੱਭਰੂਆਂ ਦੀ ਮੈਚ ਹੈ, ਫਿਰ 45 ਖੇਡੀ ਜਾਣੀ ਹੈ, ਫਿਰ 55 ਤੇ 3 ਵਜੇ ਜਿਹੜੀ ਕਰਵਾਈ ਜਾਣਗੀ। ਕਹਿੰਦਾ ਹੈ ਕਿ ਸਾਰੀਆਂ ਟੀਮਾਂ ਨੂੰ ਦੇਖੀ ਹੈ, ਕੋਈ ਟੀਮ ਜ਼ਿਆਦਾ ਸਮਾਂ ਜਿਹੜਾ ਨਾ ਲਵੇ ਔਰ ਸਾਰੀਆਂ ਟੀਮਾਂ ਤਿਆਰ ਹੋ ਜਾਣ। ਉਧਰ ਪਹਿਲੇ ਰਾਊਂਡ ਦੀਆਂ ਤਾਈਆਂ, ਪਹਿਲਾ ਮੈਚ ਕਿਹਦਾ ਜੀ ਦੱਸੀਏ। ਕਬੱਡੀ ਕੌਣ ਪਊ, ਐਵੇਂ ਕਬੱਡੀ ਪਾਉਣੀ ਬੜੀਆਂ ਮਿਲੇ ਲਾਓ ਸਾਹਮਣੇ, ਪਹਿਲੀ ਕਬੱਡੀ ਪੈ ਗਈ ਮੇਰੇ ਮਿੱਤਰੋ ਫਿਰ ਦੇ ਮੈਦਾਨ ਬਰਾ। ਆਓ ਸਾਹਮਣੇ ਕਹਿੰਦੇ 3 ਜਾਫੀਆ ਹੈ, ਆਓ ਸਾਹਮਣੇ ਕਹਿੰਦੇ ਸਾਡੀ ਪਰ ਪਿੰਡਾਂ ਵੰਡਿਆ ਦਾ ਤੇ ਪਹਿਲੀ ਦੇ ਸਾਹਮਣੇ ਚੱਕੇ ਜਾ, ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਪਹਿਲੀ ਤੇ ਆਓ ਲਾਤਾ ਤੁੰਨ ਕੇ ਜੱਫਾ ਮੇਰੇ ਮਿੱਤਰੋ ਖੇਡ ਦੇ ਮੈਦਾਨ ਪਰ ਤਗੜਾ ਨੰਬਰ। ਮਾਨੀ ਸੱਪਾਂ ਤੇ ਡਕਾਰਾਂ ਵੀ ਨੇ, ਤਿੰਨਾਂ ਬਜਟ ਕਰਵਾ ਕੇ ਗਰਾਊਂਡ ਦੇ ਲਾਗੇ ਲੱਗ ਜਾਣਾ। ਮਾਨੀ ਸੱਪਾਂ ਤੇ ਡਕਾਰਾਂ ਇਹ ਤਿੰਨਾਂ ਬਜਟ ਕਰਾ ਕੇ ਗਰਾਊਂਡ ਦੇ ਲਵੇ ਆ ਜਾਣਗੇ। ਫੇਰ ਗੱਭਰੂ ਨਿਜਾਮਣੀ ਵਾਲੇ ਦੀ ਧਰਤੀ ਦੇ ਕਬੱਡੀ ਕਬੱਡੀ ਕਰ ਸਕਦੇ ਨੇ, ਅੱਗੇ ਵੱਲ ਨਿਕਲਦੇ ਆ ਰਿਹਾ ਹੈ। ਜਾਫੀ ਤਿੰਨ ਨੇ, ਤਿੰਨੋ ਚਾਰ ਨੇ, ਕਿਹੜਾ ਗੱਭਰੂ ਬੱਲੇ ਬੱਲੇ ਕਰੋ। ਉਧਰ 2 ਨੰਬਰ ਦਾ ਟਰਾਈ ਵੱਡੀ ਹੋ ਗਈ ਮੇਰੇ ਮਿੱਤਰੋ, ਐਨ ਕਰਦੇ ਆ ਬਾਕੀ ਮੋੜ ਕੇ ਜੇਬ ਵਿੱਚ ਪਾ ਲਿਆ, ਇੱਕੋ 1,13,00,000 ਵਰ ਗਿਆ। ਲੈ ਵੀ ਨਵੀਂ ਸੱਪਾ ਤੇ ਦਕਾਰਾ, ਨਵੀਂ ਸੱਪਾ ਦੇ ਮੋਢੇ ਹੱਥ ਖੜਾ ਕਰਦੇ ਨੇ ਹੈਗੇ, ਨਵੀਂ ਸੱਪਾ ਦੀ ਟੀਮ ਹੱਥ ਖੜਾ ਕਰੇ, ਦਕਾਰੇ ਵਾਲੇ ਮੋਢੇ ਹੱਥ ਖੜਾ ਕਰਦੇ ਦਕਾਰਾ। ਲੈ ਵੀ ਕਰੀਏ ਬਜਨੇ ਦਾ ਜਲਦੀ ਨਾਲ ਨਵੀਂ ਸੱਪਾ ਤੇ ਦਕਾਰਾ, ਇਹ 3,000 ਬੜਾ ਮੈਚ ਖੇਡਿਆ ਜਾਵੇਗਾ। ਗੁਰਮੈਬ ਸਿੰਘ ਜੀ ਭਾਂਦਰੀ, ਨਾਲ ਡਾਕਟਰ ਰਾਜ ਕੁਮਾਰ ਰਗਰੋਈ ਜੀ, ਨਾਲ ਸਿਪਰਦਰ ਫੁਲਸੀ ਜੀ, ਭਾਂਗਾ ਜੋਲਰ ਜਾਏ ਬਹੁਤ ਵੱਡਾ ਧੰਨਵਾਦ ਹੈ। ਅਰੁਣ ਦਵਾਈਆਂ ਵਾਲਾ ਪਟਿਆਲੇ ਤੋਂ ਬਹੁਤ ਵੱਡਾ ਧੰਨਵਾਦ ਕਰਦੇ ਹੈ। ਸਰਦਾਰ ਜਤਿੰਦਰ ਸਿੰਘ ਜੀ ਦੁਪਹਿਰਾ ਫੀਲਡ ਫੋਕਲ ਪੁਆਇੰਟ ਵਾਲੇ ਬਹੁਤ ਵੱਡਾ ਧੰਨਵਾਦ ਹੈ। ਸਰਦਾਰ ਉਜਾਗਰ ਸਿੰਘ ਜੀ ਪਿੱਛੋਂ ਭਾਂਗੜੀ ਵਾਲੇ ਬਹੁਤ ਵੱਡਾ ਧੰਨਵਾਦ ਹੈ। ਸਰਦਾਰ ਜਗਤਾਰ ਸਿੰਘ ਜੀ ਸਰਪੰਚ ਸਭ ਲਗਰੋਈ ਵਾਲੇ, ਨਾਲ ਉਹਨਾਂ ਦੇ ਸਰਦਾਰ ਨਵਦੀਪ ਸਿੰਘ ਜੀ ਸਰਾਫਾ, ਰਣਧੀਰ ਸਿੰਘ ਜੀ ਫੌਜੀ ਲਗੜੋਈ ਵਾਲੇ, ਉਹਨਾਂ ਦਾ ਵੀ ਧੰਨਵਾਦ ਹੈ। ਸਰਦਾਰ ਰਜਿੰਦਰ ਸਿੰਘ ਜੀ ਸਾਰਾ ਸਰਪੰਚ ਸਾਰਾ ਲਗੜੋਈ ਵਾਲਿਆਂ ਦਾ ਧੰਨਵਾਦ ਹੈ। ਸਰਦਾਰ ਲਖਵਿੰਦਰ ਸਿੰਘ ਜੀ ਠੇਕੇਦਾਰ ਆ ਲਗੜੋਈ ਵਾਲੇ, ਇਹਨਾਂ ਦਾ ਵੀ ਧੰਨਵਾਦ ਹੈ। ਇਹਨਾਂ ਭਰਾਵਾਂ ਨੇ ਕਹਿੰਦੇ 3100 ਦੇ ਸਹਿਯੋਗ ਦਿੱਤੇ ਹੈ। ਉਧਰ ਕਹਿੰਦੇ ਸਰਦਾਰ ਵੀਰ ਸਿੰਘ ਜੀ ਚੰਦ ਫੁਰਮੀ ਭਾਂਗਲਾ ਜੋਧਰ ਦੇ ਪਟਿਆਲਾ ਵਾਲੇ, ਜਿਨ੍ਹਾਂ ਵੱਲੋਂ 4,400 ਦੇ ਵੱਡੇ ਸਹਿਯੋਗ ਨੇ, ਬਹੁਤ ਵੱਡਾ ਧੰਨਵਾਦ ਹੈ। ਨਾਲ ਜੋਤ ਸਿੰਘ ਜੀ ਸਰਫਰ ਧਿਆਨ ਸਿੰਘ ਜੀ ਡੰਡੋਆ ਵਾਲੇ, ਉਹਨਾਂ ਦਾ ਧੰਨਵਾਦ ਹੈ। ਵਿਸ਼ਾਲ ਸ਼ਰਮਾ ਜੀ ਸਰਫ, ਸੁਖਵੀਰ ਸ਼ਰਮਾ ਜੀ ਲਗੜੋਈ ਵਾਲੇ, ਉਹਨਾਂ ਦਾ ਵੀ ਧੰਨਵਾਦ ਹੈ। ਜਿਨ੍ਹਾਂ ਵੱਲੋਂ
ਇੱਕ ਬੰਦਾ ਸਮੇ ਪੱਤੇ ਸਹਿਯੋਗ ਦੇ ਬਹੁਤ ਵੱਡਾ ਧੰਨਵਾਦ ਹੈ। ਆ ਨਾ ਕੋਈ ਸ਼ਾਦੀ ਭਗਤਗੀ ਨੋਟ ਕਰੀਏ ਭਾਂਦਰਾ ਤੇ ਸਮਾਣਾ ਇਹਦੀ ਨਾਲ ਧਿਆਨ ਰਹਿਣ ਅਗਲਾ ਮੈਚ ਖੇਡਿਆ ਜਾਵੇਗਾ। ਭਾਈ ਕੰਡੇ ਲਵੇ ਕਸਲਾ ਕਰੋ ਜਿਹੜੀ ਟੀਮ ਦਾ ਮੈਚ ਉਦੋਂ ਬਲਨ ਕਰਾ ਕੇ ਆ ਜਾ ਕਰੋ। ਲੈ ਵੀ ਬਾਈ ਭਾਂਦਰਾ ਦੇ ਸਮਾਣਾ ਸਮਾਣੇ ਵਾਲੇ ਆ ਗਏ ਸਮਾਣੇ ਵਾਲੇ ਹੱਥ ਵਾਲਾ ਰੰਗ ਸਮਾਣਾ ਅਗਲਾ ਮੈਚ ਆ ਬਾਈ ਸਮਾਣੇ ਦਾ ਇਹ ਟੀਮਾਂ ਦੀ ਗਰਾਊਂਡ ਦੇ ਲਾਗੇ ਆ ਜਾਣ ਸਮਾਣਾ ਫਿਰ ਮੈਚ ਤੁਲੇ ਆਮ ਤੇ ਲਗੀਰ ਕਲਾ ਇਹ ਵੀ ਟੀਮਾਂ ਤਿਆਰ ਰਹਿਣਾ ਤੁਲੇ ਆਮ ਤੇ ਲਗੀਰ ਕਲਾ ਲਾਓ ਸਾਹਮਣੇ ਪੈਲੀ ਰੇਰ ਗੁੱਡੀ ਕਿਨਾਰੇ ਬੱਲੇ 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 ਐਨ ਕਿਹੜੇ ਮੁੰਡੇ ਦੇ ਕਾਲੇ ਵਾਲੇ ਖੇਡਦੇ ਆ ਐਨ ਮੇਰੇ ਵੀਰੋ ਸਾਹਮਣੇ ਕਿਹੜੇ ਡੇਰੇ ਵਾਲੇ ਪਾਸਾ ਕਾਲੀ ਵੀ ਟੀਮ ਆ ਗੱਲਾਂ ਬਾਤਾਂ ਕਹਿੰਦੇ ਟਿਕਾਣੇ ਹੈ ਆਓ ਸਾਹਮਣੇ ਮੁੰਡਾ ਕਿਹੜੇ ਪਿਆਰ ਆਏ ਕਬੱਡੀ ਪਾਉਣ ਦੇ ਲਈ ਖੇਡਦੇ ਰਾਜਪੁਰਾ ਦੂਜੇ ਪਾਸੇ ਕਹਿੰਦੇ ਮਾਵੀ ਸੱਪਾ ਪਿੰਡ ਹੈ ਆਓ ਸਾਹਮਣੇ ਪਿੰਡ ਜਾਫੀ ਕਹਿੰਦੇ ਪਿਆਰ ਹੈ ਜਿਹੜਾ ਗਬਰੋ ਬੰਦੇ ਬੰਦੇ ਚਲਾਓ ਮੇਰੇ ਮਿੱਤਰੋ ਗੱਲ ਸਮੇ ਦੀ ਹੈ ਤੇ ਵੀਰੇ ਬੰਦੀ ਕਮਾਲ ਹੋ ਗਿਆ ਮੂਹਰੇ ਹੋ ਗਿਆ ਮੂਹਰੇ ਏ ਬੱਲੇ 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 ਨੰਬਰ ਕਹਿੰਦੇ ਟਿਕਾਲੇ ਵਾਲਾ ਜੋੜ ਗਿਆ ਹੈ ਸਮਾਣੇ ਦੀ ਟੀਮ ਆ ਗਏ ਸਮਾਣਾ ਸਮਾਣੇ ਵਾਲੇ ਮੁੰਡੇ ਗਰਾਊਂਡ ਦੇ ਲਾਗੇ ਰਹਿਣ ਅਗਲਾ ਮੈਚ ਹੈ ਭਾਂਦਰੇ ਵਾਲੇ ਮੁੰਡਿਆਂ ਦੇ ਨਾਲ ਆ ਲਓ ਸਾਹਮਣੇ ਵੇਖਦੇ ਕਬੱਡੀ ਭੈੜੀ ਹੈ ਆਓ ਖੇਡਦੇ ਮੈਦਾਨ ਪਰਾ ਵੀ ਪੈਂਦੀ ਹੈ ਕਬੱਡੀ ਵਾਲੇ ਚੱਕ ਕਰਕੇ ਦੇਖਦਾ ਜਵਾਨਾ ਸਾਰਾ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਵਾਲੇ ਚੁੱਕ ਚੁੱਕ ਕੇ ਜਿਹਦੇ ਆ ਪੱਤਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦੇ ਆ ਪੱਤਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਅਗਲੀ ਕਬੱਡੀ ਪਾਉਣ ਵਾਲੀ ਮੁੰਡਾ ਮਵੀ ਸੱਪਾ ਲਾ ਕੇ ਬਣਿਆ ਹੋਇਆ ਮੇਰੇ ਮਿੱਤਰੋ ਦੂਜੇ ਪਾਸੇ ਦੇ ਕਾਲੀ ਦੇ ਦੋ ਜਾਫੀ ਤਿਆਰ ਹੈ ਸਮਾਣੇ ਵਾਲੇ ਆ ਗਏ ਬਈ ਦੀਦੀ ਲਓ ਸਾਹਮਣੇ ਟਿਕਾਲੇ ਵਾਲਾ ਨੰਬਰ ਜੋੜ ਗਿਆ ਮੈਚ ਸਮਾਪਦਾ ਟਿਕਾਲਾ ਜਿੱਤ ਗਈ ਬਈ ਨੋਟ ਕਰਨੀ ਟਿਕਾਲਾ ਜਿੱਤ ਗਈ ਹੈ ਆਓ ਜੀ ਸਮਾਣਾ ਤੇ ਨਾਮ ਜਬ ਸੁਧਾ ਸਾਹਿਬ ਮੇਰੇ ਵੀਰੋ ਸਫਲਤਾ ਢਾਵੀ ਦੇ ਕਦਮ ਚੁੰਮਦੀ ਹੋਈ ਹੈ ਲਓ ਸਾਹਮਣੇ ਤਨ ਦਾ ਪਤੰਗ ਦੇ ਸਰੀਰ ਹੈ ਦੂਰੋਂ ਨਿਸ਼ੋਰ ਰਾਂਗਾ ਮਿਲਦਾ ਸਾਹਮਣੇ ਕਬੱਡੀ ਢਾ ਦਿੱਤੀ ਹੈ ਦੂਜੇ ਪਾਸੇ ਬਗਾਨੇ ਵਾਲੇ ਜਾਂਦਾ ਹੀ ਢਾ ਰਿਹਾ ਆਓ ਕਰਨੀ ਕਮਾਲ ਲੜੀ ਵਾਲੇ ਪਾਸੇ ਹੈ ਮੈਚ ਸ਼ੁਰੂ ਕਰਾ ਦਾਂਗੇ ਦੋਨੋਂ ਟੀਮਾਂ ਦਾ ਮੈਚ ਦੀ ਸ਼ੁਰੂਆਤ ਹੋ ਗਈ ਹੈ
ਲੈਣੀ ਬਲੂਰ ਤੇ ਮਾਸਾ ਫਿਰੀ ਸਾਡਾ ਵੀਰ ਕਹਿੰਦੇ ਭਾਂਗਰੇ ਨੂੰ ਭੋਲਾ ਸਾਡਾ ਵੀਰ ਕਹਿੰਦੇ ਅਜੰਡੇ ਤੋਂ ਉੱਤੇ ਪਹੁੰਚੇ ਨੇ ਵੀ ਭਾਂਗਰੇ ਦਾ ਭੋਲਾ ਸਾਡੇ ਵੀਰੋਂ ਸਟੇਜ ਉੱਤੇ ਬਰਾਜਮਾਨ ਹੋ ਜਾਏ ਸਰਦਾਰ ਅਮਰੀਕ ਸਿੰਘ ਜੀ ਨੰਬਰਦਾਰ ਸਾਹਿਬ ਤੇ ਨਾਲ ਸਰਦਾਰ ਹਰਚੰਦ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਤੇ ਨਾਲ ਸਰਦਾਰ ਰਜਿੰਦਰ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਸਰਦਾਰ ਲਾਲ ਸਿੰਘ ਜੀ ਸਾਬਕਾ ਪ੍ਰਧਾਨ ਸਾਹਿਬ ਤੇ ਨਾਲ ਉਹਨਾਂ ਦੇ ਸਰਦਾਰ ਦਵਿੰਦਰ ਸਿੰਘ ਜੀ ਧੀਰ ਸਾਹਿਬ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਡੇ ਵਿਚਕਾਰ ਚੇਤੇ ਤੌਰ ਤੇ ਪਹੁੰਚੇ ਹੋਏ ਵੱਡੀਆਂ ਹਾਜ਼ਰੀਆਂ ਦੇ ਟੂਰਨਾਮੈਂਟ ਦੇ ਲਈ ਹੈ ਵੱਡਾ ਧੰਨਵਾਦ ਹੈ ਭਾਈ ਜੀ ਚੌਂਟ ਵਾਲੇ ਮੁੰਡੇ ਆਏ ਨੀ ਆਏ ਨੀ ਲੱਗਦਾ ਮੈਚ ਦੀ ਸ਼ੁਰੂਆਤ ਹੋ ਗਈ ਹੈ ਟੀਮ ਚੌਂਹ ਦੀ ਖੇਤਾਂ ਵਾਲੇ ਪਾਸੇ ਹੈ ਤੇ ਨਾਂਸ ਵਾਲੇ ਬੜੇ ਡੇਰੇ ਵਾਲੇ ਪਾਸੇ ਹੈ ਲਓ ਸਾਹਮਣੇ ਬੜਾ ਤਗੜਾ ਮੈਚ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦਾ ਬੇਦਨਾ ਵਾਲੇ ਬੋਲੇ ਬੇਦਨਾ ਦੀ ਟੀਮ ਆ ਬੇਦਨਾ ਦੀ ਟੀਮ ਆਵੇ ਚੰਡੀਗੜ੍ਹ ਦੀ ਟੀਮ ਨਾਲ ਮੈਚ ਖੇਡਿਆ ਜਾਊ ਅਗਲੀ ਕੋਡੀ ਪੈ ਗਈ ਹੈ ਛੋਟਾ ਭਰਾ ਹੈ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ ਔਰ ਕਹਿੰਦੇ ਗਰਾਊਂਡ ਦੇ ਸਲਾਵਾਂ ਨੂੰ ਲਿਸਟ ਦੇ ਡੇਰੀ ਬਣਾ ਕੇ ਇੱਕ ਮੈਚਾਂ ਦੀ ਲਓ ਸਾਹਮਣੇ ਐਨ ਪੈਂਦੀ ਕਬੱਡੀ ਹੈ ਅਗਲੀ ਕੋਟੀ ਪੈ ਗਈ ਹੈ ਉਧਰ ਅਮਰੀਕ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਵੱਲੋਂ ਦੋਨੋਂ ਟੀਮਾਂ ਦੇ ਲਈ 50,000 ਰੁਪਏ ਦੇ ਵੱਡੇ ਇਨਾਮ ਸਨਮਾਨ ਹੈ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਅਮਰੀਕ ਸਿੰਘ ਜੀ ਨੰਬਰਦਾਰ ਸਾਹਿਬ ਦੋਨੋਂ ਟੀਮਾਂ ਦੇ ਲਈ 50,000 ਦੇ ਵੱਡੇ ਮਾਣ ਹੈ ਮੇਰੇ ਮਿੱਤਰੋ ਅਗਲਾ ਮੈਚ ਬੇਦਨਾ ਤੇ ਚੰਡੀਗੜ੍ਹ ਦੀ ਟੀਮਾਂ ਤਿਆਰ ਰਹਿਣਾ ਲਓ ਸਾਹਮਣੇ ਮੈਚ ਸਮਾਪਤ ਜਿੱਤ ਗਈ ਟੀਮ ਨਨਾਨਸੂ ਨੋਟ ਕਰੀਏ ਨਨਾਨਸੂ ਜਿੱਤ ਗਈ ਤਰਾਉਣਾ ਪਾਲਾ ਵੱਡਾ ਧੰਨਵਾਦ ਹੈ ਆਓ ਸਾਹਮਣੇ ਕਹਿੰਦੇ ਪੈਂਦੀ ਸੀ ਰੇਡ ਮੇਰੇ ਮਿੱਤਰੋ ਖੇਡ ਦੇ ਮੈਦਾਨ ਦਾ ਤਿੰਨ ਜਾਫੀ ਕਹਿੰਦੇ ਤਿਆਰ ਰਹੇ ਤਿੰਨਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਊ ਆਓ ਕੰਨੀ ਵਾਲਾ ਫੜ ਕੇ ਗੁੱਟ ਵੱਜ ਗਈ ਕੈਚੀ ਵੀ ਗੁੱਟ ਨੂੰ ਫੜ ਕੇ ਕੈਚੀ ਮਾਰੇ ਭਾਈ ਮਾਰੇ ਪ੍ਰੇਮ ਜਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਲੈਣੀ ਛੋਟੇ ਵੀਰ ਕਾਰਗਲ ਮੁੰਡੇ ਦੀ ਕਬੱਡੀ ਧਰੀ ਹੈ ਗਰਾਊਂਡ ਵੱਲੋਂ ਬੇਨਤੀ ਹੈ ਕਿ ਗਰਾਊਂਡ ਤੇ ਚਾਹ ਲੈਣੀ ਪੈ ਗਈ ਹੈ ਤੈਨੂੰ ਟੁੱਟ ਕੇ ਪੈ ਗਏ ਗੁੱਟ ਫੜ ਲੈ ਫੋਟੋਗ੍ਰਾਫਰ ਵੀ ਸਟੇਜ ਤੇ ਆਵੇ ਫੋਟੋਗ੍ਰਾਫਰ ਵੀ ਦਾ ਦਰਮਿਆਨ
ਸੈਂਟਰ ਸਾਹਿਬ ਰੁਕਾਲਾ ਸੁਖੇਂਦਰ ਤੌਰ ਤੇ ਪਹੁੰਚ ਚੁੱਕੇ ਹੈ। ਵੱਡਾ ਧਾਵਾ ਦਾ ਸਮਾਨ ਹੁੰਦਾ ਹੈ ਸਰਦੇ ਨੰਬਰ ਧਾਰੀ ਦਾ ਭਾਜੀ ਧੱਕਾ ਧੱਕਾ ਭਾਜੀ ਹੈ ਧੱਕਾਰੀ ਕਰਨਾ ਧੱਕਾਰੀ ਕਰਨਾ ਨੰਬਰ ਦਿੱਤਾ ਸੋਹਣਾ ਹੀ ਬੜਾ ਲੱਗਦਾ ਹੈ
ਜ਼ਿੰਮੇਵਾਰੀ ਆਓ ਸਾਹਮਣੇ ਕਹਿੰਦੇ ਪਹਿਲੀ ਰੇਡ ਬੱਲੇ 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 ਆਓ ਇੱਥੇ ਰਾਖਾ ਇੱਥੇ ਰਾਖਾ ਆਓ ਜਾਂ ਨਾਥਾ ਪੀਆ ਮਾਡੀ ਪਾਉਣ ਲਈ ਮੁੰਡਾ ਕਹਿੰਦੇ ਤਿਆਰ ਹੈ ਆਪਾਂ ਸਾਰੇ ਤਕੜੇ ਹੈ ਤਿੰਨ ਜਾਫੀ ਹੈ ਆਓ ਮੁੰਡਿਆਂ ਦਾ ਕਹਿੰਦੇ ਐਂਡ ਭੇੜਪੁਰਾ ਪਿੰਡਾ ਲਾਲੂ ਭੇੜਪੁਰਿਆਂ ਨੂੰ ਸੁੱਕਾ ਨੀ ਜਾਣਾ ਚਾਹੀਦਾ ਇਹਨੂੰ ਟੱਪ ਲੈ ਇਹਨੂੰ ਰੱਖ ਲੋ ਆਓ ਸਾਹਮਣੇ ਕਹਿੰਦੇ ਆਓ ਤੀਆਂ ਸਕਿੰਟਾਂ ਦੀ ਖੇਡ ਹੈ ਆਓ ਸਾਹਮਣੇ ਪਹਿਲੀ ਹੀ ਰੇਡ ਉੱਤੇ ਤੇਰਾ ਕਮਰੋ ਢਾ ਕੇ ਹਿੱਕਦੇ ਬਹਿੰਦਾ ਚੰਨੀ ਵਾਲੇ ਨੇ ਕਹਿੰਦੇ ਪੱਟ ਭਰਿਆ ਆਓ ਸਾਹਮਣੇ ਲਾਗਿਆਂ ਜੱਫਾਂ ਦੇ ਵਿੱਚੋ ਮੁੰਡੇ ਬਜਲ ਕਰਾ ਰਹੇ ਆਪਣਾ ਚੰਡਾ ਕਮੇਡੀਆ ਭਰਾ ਬਜਲ ਕਰ ਦੋ ਟੀਮਾਂ ਦਾ ਬਰਤਾਲੀ ਦੀਆਂ ਟੀਮਾਂ ਬਾਈ ਪੰਤਾਲੀ ਵਾਲੇ ਮੁੰਡੇ ਆਪਣਾ ਮੈਚ ਸੁਣ ਲੈ ਪਹਿਲਾ ਮੈਚ ਆ ਬਿਜਲ ਪੋਤੇ ਜਿੱਤਣਾ ਪੰਤਾਲੀ ਦਾ ਪਹਿਲਾ ਮੈਚ ਆ ਬਿਜਲ ਪੋਤੇ ਜਿੱਤਣਾ ਦੂਜਾ ਮੈਚ ਪਛਵਾੜਾ ਤੇ ਨਵੀਂ ਸੱਪਾ ਤੀਜਾ ਮੈਚ ਬਿੱਟੂ ਗਵਾਲ ਤੇ ਚੌੜੀਆ ਚੌਥਾ ਮੈਚ ਤੋੜਾ ਕਰਾ ਤੇ ਕਢੋਰੀ ਪੰਜਵਾਂ ਮੈਚ ਸਾਦੀ ਹੋਈ ਸਮਾਧਾ ਤੇ ਚੀਤਾ ਛੇਵਾਂ ਮੈਚ ਨਿਜਾਮਣੀਆਂ ਤੇ ਬਾਬਾ ਹਨੁਮਾਨ ਸੁਹਾਗਾ ਸਤਵਾਂ ਮੈਚ ਸੁਫੀਦ ਸਲੀਮ ਖਾਨ ਅਲੀ ਕੋਟੀ ਸਿੰਘ ਸਰਦਾਰ ਨੇ ਪਾ ਦਿੱਤੀ ਹੈ ਬਲਵੀਰ ਜੋਲੀਆਂ ਵਾਲੇ ਨੇ ਸੱਜਿਆ ਹੋਇਆ ਹੈ ਜੋਲੀਆਂ ਵਾਲੇ ਬਲਵੀਰ ਨੇ ਸੱਜਿਆ ਹੋਇਆ ਹੈ ਕਬੱਡੀ ਭਾਰੇ ਹੈ ਦੂਜੇ ਪਾਸੇ ਕਹਿੰਦੇ ਇਕੱਲਾ ਹੀ ਹੈ ਆਓ ਮੁੰਡਾ ਕਰਦਾ ਕੁਆਰ ਇਹ ਬੱਲੇ 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 ਸਰਦਾਰ ਵਾਹ ਸਰਦਾਰ ਦੂਜਾ ਤੇ ਬੇਰਵਾ ਦਾ ਮੈਚ ਆ ਬਈ ਪੰਤਾਲੀ ਦਾ ਪਹਿਲਾ ਟੀਮਾਂ ਤਿਆਰ ਰਹਿਣਗੀ ਹੈ ਨਾ ਸੈਮੀ ਫਾਈਨਲ ਮੈਚ ਹੈ ਪ੍ਰੀਤੀ ਦਾ ਆਓ ਸਾਹਮਣੇ ਮੁੰਡਾ ਤਿਆਰ ਵਾ ਤਿਆਰ ਹੈ ਕਬੱਡੀ ਪਾਉਣ ਲਈ ਮੇਰੇ ਮਿੱਤਰੋ ਸਾਹਮਣੇ
ਮੁੰਡਾ ਕਹਿੰਦੇ ਬੰਨੇ ਬੰਨੇ ਘੰਭਾਰਿਆ ਆਓ ਸਾਹਮਣੇ ਹੋਰੇ ਵੀਰੋ ਵੀ ਸਵਾ ਲੱਖ ਸੇ ਇੱਕ ਲੜਾਓ ਤਵੇ ਗੋਬਿੰਦ ਸਿੰਘ ਨਾਮ ਕਹਾਓ ਆਓ ਮੁੰਡਾ ਕਹਿੰਦੇ ਸਿੰਘ ਨੇ ਕਹਿੰਦਾ ਲਖਵੀਰ ਬਰਨ ਤੇ ਬਰੈਟਰੀ ਬਰਨ ਬਹੁਤ ਵੱਡਾ ਧੰਨਵਾਦ ਹੈ ਭਰਾਵਾਂ ਦਾ ਕਹਿੰਦੇ ਵੱਡਾ ਧੰਨਵਾਦ ਹੈ ਲਖਵੀਰ ਬਰਨ ਦਾ ਤੇ ਬਰੈਟਰੀ ਬਰਨ ਆਓ ਸਾਹਮਣੇ ਨੰਬਰ ਲੀਡਰ ਦਾ ਮੈਂ ਤੇ ਸਮਾਪਦਾ ਚੌਂਦੇ ਵਾਲਾ ਮੁੰਡਾ ਕਹਿੰਦੇ ਕੱਲੇ ਹੀ ਫੇਰ ਦੇ ਵਿੱਚ ਲੱਗ ਗਿਆ ਬਾਈ ਦੇਖਣਾ ਇਹ ਬਾਈ ਲੱਗਣ ਵਾਲੇ ਨੇ ਆਪਣਾ ਫੇਰ ਲੈ ਕੇ ਜਾਣਗੇ ਉਧਰ ਮੈਚ ਸ਼ੁਰੂ ਹੋ ਚੁੱਕਾ ਹੈ ਦੁਕਾਨ ਵਾਲੇ ਕਿਹੜੇ ਪਾਸੇ ਬਈ ਬਕਾਲੇ ਵਾਲੀ ਟੀਮ ਆ ਇੱਧਰ ਦੇ ਪਾਸੇ ਖੇਤਾਂ ਵਾਲੇ ਪਾਸੇ ਤੇ ਡੇਰੇ ਵਾਲੇ ਪਾਸੇ ਗੁਨਾਮ ਸੁਰਗਤ ਦੀ ਟੀਮ ਹੈ ਆਓ ਸਾਹਮਣੇ ਕਹਿੰਦੇ ਪਹਿਲਾ ਨੰਬਰ ਬਕਾਲੇ ਵਾਲੇ ਨੇ ਜੋੜ ਦਿੱਤਾ ਹੈ ਕਹਿੰਦੇ ਪਹਿਲੇ ਮੈਚ ਦੀ ਪੜਤਾਲੀ ਦੇ ਟੀਮਾਂ ਬਿਜਲਪੁਰ ਤੇ ਬਿਲਵਾ ਗਰਾਊਂਡ ਦੇ ਲਾਗੇ ਖੜਾ ਬਿਜਲਪੁਰ ਤੇ ਬਿਲਵਾ ਪਹਿਲੇ ਮੈਚ ਦੀਆਂ ਟੀਮਾਂ ਕਹਿੰਦੇ ਤਿਆਰ ਰਹਿਣਗੀਆਂ ਪੜਤਾਲੀ ਦਾ ਪਹਿਲਾ ਮੈਚ ਖੇਡਿਆ ਜਾਵੇਗਾ ਇਹਦਾ ਦੋਨੋਂ ਟੀਮਾਂ ਦਾ ਦੋਨੋਂ ਟੀਮਾਂ ਤਿਆਰ ਰਹਿਣ ਸਾਰੇ ਕਿਹੜੇ ਰਹਿਣ ਵੱਡਾ ਕਬੱਡੀ ਕੌਂਡ ਲਈ ਬਣਿਆ ਹੋਇਆ ਕਨਾਲਸੂ ਪਿੰਡ ਹੈ ਆਓ ਮੁੰਡੇ ਦਾ ਇਹ ਬੱਲੇ 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 ਟਿਕਾਣੇ ਵਾਲਾ ਕਰ ਗਿਆ ਕਮਾਲ ਦੇ ਆਓ ਸਾਹਮਣੇ ਕਹਿੰਦੇ ਕਿਹੜੇ ਫਾ ਹੋਰ ਲੱਗ ਚੁੱਕਾ ਮੇਰੇ ਵੀਰੋ ਬਿਜਲਪੁਰ ਤੇ ਬਿਧਵਾ ਟੀਮਾਂ ਤਿਆਰ ਰਹਿਣ ਪਸਿਆਣਾ ਤੇ ਨਵੀਂ ਸੱਪਾਂ ਬਿੱਟੂ ਦੁਕਾਨ ਤੇ ਚੌੜੀਆਂ ਤਰੌਲਾ ਕਲਾਂ ਤੇ ਢੰਡੋਲੀ ਟੀਮਾਂ ਤਿਆਰ ਨੀ ਫੜ ਕੇ ਰੱਖਣ 48 ਕਿਲੋ ਦੀ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਪੈਂਦੀ ਹੈ ਦੁਨੀਆਂ ਬਹਿੰਦੀ ਹੈ ਮੇਰੇ ਮਿੱਤਰੋ ਚਾਚੇ ਕਹਿੰਦੇ ਹੋਏ ਪਿਆ ਅਗਰ ਪਾਸੇ ਹੋਈ ਕਨਾਲ ਬੱਲੇ 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 ਆਓ ਲੱਗਦਾ ਨੰਬਰ ਕਹਿੰਦੇ ਢਾਬੀ ਨੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣੇ ਵਾਸਤੇ ਮੁੰਡਾ ਫੇਰ ਕਹਿੰਦੇ ਬਣੇ ਹੋਏ ਮੇਰੇ ਵੀਰੋ ਫੇਰ ਦੇ ਮੈਦਾਨ ਦਾ ਕੋਰੀਓਗ੍ਰਾਫੀ ਕਹਿੰਦੇ ਤਿਆਰ ਤਿਆਰ ਹੈ ਆਓ ਗਿੱਟਾ ਫੇਰ ਪਰ ਉਧਰ ਦੇ ਪਾਸੇ ਆਵੇ ਵੱਡਾ ਤਕਨੀਕੀ ਹੈ ਤੇਜ਼ ਯਾਤਰਾ ਹੈ ਸ਼ਾਰਕ ਸਮਿਤੀ ਹੈ ਬਲਵੀਰ ਲੱਗ ਗਿਆ ਨੌ ਤਰੀਕ ਮੇਰੇ ਵੀਰੋ
ਪੰਜਵਾਂ ਪਿੰਡ ਦੇ ਵਿੱਚ ਵੱਡਾ ਮੇਲਾ ਖੇਡਿਆ ਜਾਣਾ। 9 ਤਰੀਕ ਹੋਈ ਆ ਪੰਜਵਾਂ ਪਿੰਡ ਦੇ ਵਿੱਚ ਵੱਡਾ ਮੇਲਾ ਪੰਜਵਾਂ ਦੀ ਹੋਈ ਹੈ। ਬੈਸਟਾਂ ਨੂੰ ਕਹਿੰਦੇ ਐਲਜੀ ਦੀਆਂ ਦਿੱਤੀਆਂ ਜਾਣਗੀਆਂ, ਉੱਥੇ ਵੀ ਆਸਾਂ ਨੇ ਜ਼ਰੂਰ ਪੜ੍ਹਨਾ ਹੈ। ਲਓ ਸਾਹਮਣੇ ਵੱਡਾ ਕਹਿੰਦੇ ਤਿਆਰ ਪਰ ਤਿਆਰ ਹੈ ਕਬੱਡੀ ਪਾਉਣ ਦੇ ਲਈ। ਅਗਲੀ ਗੋਲੀ ਪਈ ਹੈ, ਦੋ ਨੇ ਦੋਨੋਂ ਹੀ ਤਿਆਰ ਨੂੰ ਤਿਆਰ ਨੇ। ਕਹਿੰਦਾ ਨਾ ਹੀ ਬਿਜੋ ਕੁੜੀ ਨਾ ਹੀ ਬੈਟ ਬੱਲਾ ਸਾਡੀ ਖੇਡਿਆ ਕੱਲੇ ਨੂੰ ਕੱਲਾ ਰਵੀਰ ਨੇ ਤੱਕ ਦਿੱਤੇ ਆ। ਰਵੀਰ ਕਹਿੰਦਾ ਮੈਂ ਇਹੀ ਲਓ ਸਾਹਮਣੇ ਵੇਖ ਲਿਓ ਯਾਰੀ ਵਾਲਾ ਕਬੱਡੀ ਪਾਉਣ ਦੇ ਕਦੇ ਫੇਰ ਬੋਲਿਆ ਹੋਇਆ ਹੈ। ਆਓ ਫੇਰ ਦੇ ਮੈਦਾਨ ਦਾ ਜਾਫੀ ਕਦੇ ਚੰਦਾ ਹੀ ਹੈ। ਆਓ ਬੰਦਾ ਵੱਡੇ ਵੱਡੇ ਖਿਡਾਰੀ ਸਾਹਮਣੇ ਨੰਬਰ ਖੇਡਦਾ ਹੈ ਪ੍ਰੋਗਰਾਮ ਕਰਾ ਦੇ ਤੰਦੂਰੀ ਜੌਲੀਆਂ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ। ਨੋਟ ਕਰੀ ਬਾਈ ਜੌਲੀਆਂ ਦੀ ਟੀਮ ਇਸ ਮੈਚ ਨੂੰ ਜਿੱਤ ਗਈ ਹੈ। ਨੋਟ ਕਰਾਂਗੇ ਲੈ ਵੀ ਬਲਵੇੜੇ ਕਿਹੜੇ ਪਾਸੇ ਕੱਪੜਾ ਕਰੂ ਬਲਵੇੜਾ ਬਲਵੇੜੇ ਵੀ ਭੇਡ ਪੁਲੇ ਦੇ ਰੇਡੀਓ ਚੱਲੀ ਗਈ ਹੈ। ਦੂਜੇ ਵਾਲੇ ਪਾਸੇ ਸਾਹਮਣੇ ਭੇਡ ਪੁਲੇ ਵਾਲੇ ਨੇ ਕਬੱਡੀ ਪਾ ਰਹੇ ਹੈ। ਭੇਡ ਪੁਲਾ ਪਹਿਲਾਂ ਦੂਜੇ ਪਾਸੇ ਬੱਲੇ 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 ਹੋ ਚੁੱਕੇ ਨੇ ਮਿੱਤਰੋ। ਕਮਾਲ ਕਮਾਲ ਹੋਈ ਜਾਂਦੀ ਹੈ ਦੁਨੀਆਂ ਕਬੱਡੀ ਤੇ ਤਿਆਰ ਹੋਈ ਜਾਂਦੀ ਹੈ। ਆਹ ਲੱਗਦਾ ਹੋਇਆ ਜੋ ਹੁੰਦੀ ਹੁੰਦੀ ਸਿਰਾਂ ਦੇ ਰੇ ਮਿੱਤਰੋ ਗੁੱਟ ਲੱਗ ਚੁੱਕਾ ਹੈ ਚਾਹੀ ਵਾਲੀ ਸਰਾਧਾਂ ਤੇ ਟੀਕਾ। ਅਗਲਾ ਮੈਚ ਖੇਡਿਆ ਜਾਵੇਗਾ ਫਿਰ ਇੰਤਜ਼ਾਮ ਨਹੀਂ ਆਏਗਾ ਬਾਬਾ ਹਨੁਮਾਨ ਸਫਾਰੇ ਦਾ ਮੈਚ ਹੋਵੇਗਾ। ਲਓ ਸਾਹਮਣੇ ਕਹਿੰਦੇ ਪਿੰਡੀ ਕਬੱਡੀ ਦੇ ਮਿੱਤਰੋ ਖੇਡ ਦੇ ਮੈਦਾਨ ਦਾ ਚਾਰ ਦੱਸਦੀ ਹੈ ਕੱਲ ਕਹਿੰਦੇ ਤਿਆਰ ਹੈ। ਆਓ 7 ਵਜੇ ਇੱਕ ਨੂੰ ਤੇ ਨੰਬਰ ਲਾਇਆ ਨੰਬਰ ਟੀਮ ਦੇ ਲਈ ਯੋਗ ਦਿੱਤਾ ਹੈ ਐਂਡ ਸਾਡੇ ਦੀ ਆਈ ਵੇਲੇ ਹੱਥ ਕਰਾਂ ਮੇਰੀ ਸ਼ਾਂਤੀ ਹੋਈ ਸ਼ਾਂਤੀ ਹੋਈ ਆਵੇ ਟੀਕੇ ਨਾਲ ਮੈਚ ਖੇਡਿਆ ਜਾਊ ਦੋਨੋਂ ਦਿਨ ਆਉਣ ਕਿਹੜੀ ਜਿੱਤ ਗਈ ਬਲਵੇੜਾ ਜਿੱਤ ਗਈ ਨੋਟ ਕਰੀ ਬਈ ਆਓ ਜੀ ਸ਼ਾਦੀ ਹੋਈ ਸਮਾਧਾਂ ਦੇ ਟੀਕਾ ਆਓ ਜੀ ਟੀਕਾ ਅਗਲਾ ਮੈਚ ਲਿਜਾਣ ਵਾਸਤੇ ਸੁਹਾਰਾ ਜਿਹੜੇ ਟੀਮਾਂ ਵੀ ਤਿਆਰ ਹੈ ਪੰਜਾਬ ਦੇ ਸੁਹਾਰਾ ਅਗਲਾ ਮੈਚ ਖੇਡਿਆ ਜਾਊ ਤੂੰ ਫਿਰ ਭਾਂਗੜਾ ਤੇ ਨਗਰੋਈ ਜੀ
ਲਓ ਸਾਹਮਣੇ ਲੈ ਕੇ ਸਰਾਤ ਦਿੱਤੀ ਹੈ ਚੀਕੇ ਵਾਲੇ ਬੜੇ ਕਿਹੜੇ ਖੇਤਾਂ ਵਾਲੇ ਪਾਸੇ ਆ ਤੇ ਪੀਕ ਕਿਹੜੇ ਚਲੀ ਗਈ ਹੈ ਸ਼ਾਦੀ ਹੋਈ ਤੇ ਉਹ ਚਲੀ ਗਈ ਮੇਰੇ ਡੇਰੇ ਵਾਲੇ ਪਾਸੇ ਲਓ ਸਾਹਮਣੇ ਮੈਚ ਬੜਾ ਤਰਲਾ ਖੇਡਿਆ ਜਾ ਰਿਹਾ ਆਪਣੇ ਕਿਰਾਈ ਕੋਲੋਂ ਹਾਲ ਪੁੱਛਾ ਪਿੰਡ ਦਾ ਮਰ ਜਾਵੇ ਮਾਡਾ ਤੇ ਪੰਜਾਬ ਜਾਂਦਾ ਖੇਡਦਾ ਕਦੇ ਕਿਸੇ ਰਾਲੀ ਕੋਲੋਂ ਦਾਖਲਾ ਚੜਾ ਹੋਵੇ ਆਪਣਾ ਪੰਜਾਬ ਲੈ ਜੀ ਗੁਰਬੰਦਰਾ ਜੱਫਾ 500 ਨੰਬਰ ਉੱਤਰੇ ਪਾਸੇ ਵਾਲੇ ਮੁੰਡੇ ਮਿਲਦੇ ਹੋ ਬੱਲੇ ਬੱਲੇ ਤਗੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਹੈ ਅਗਲੀ ਦੇ ਅੰਦਰ ਖਿਲਾਰੀਆਂ ਹੋਈਆਂ ਤਾਂ ਹਾਂ ਵੱਖਰਾ ਜਿਹਾ ਅੰਦਾਜ਼ ਹੈ ਕਬੱਡੀ ਪਾਉਣ ਦਾ ਸਾਹਮਣੇ ਕਹਿੰਦੇ ਬੱਬੂ ਮਾਨ ਨੇ ਕਹਿੰਦੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ ਅਗਲੀ ਕਬੱਡੀ ਪੈ ਰਹੀ ਹੈ ਮੈਨੂੰ ਲੱਗਦਾ ਫਿਰ ਕੋਰ ਵਾਲਾ ਮਾਰਦੀ ਹੋਊ ਆਓ ਸਾਹਮਣੇ ਕਹਿੰਦੇ ਪੈਂਦੀ ਰੇਡ ਇਹ ਆ ਕੋਰ ਵਾਲਾ ਮਾਰਾ ਇਹ ਆ ਕੋਰ ਵਾਲਾ ਮਾਰਾ ਆਓ ਸਾਹਮਣੇ ਕਹਿੰਦੇ ਜੱਫਾ ਸੁਣ ਕੇ ਡਰ ਗਿਆ ਆਰਮੇਡ ਵੀ ਪਾਉਂਦਾ ਕਬੱਡੀ ਪਰ ਟੀਮ ਲੋੜ ਹੋਈ ਜਿੱਤ ਗਈ ਆਓ ਜੀ ਫਾਈਨਲ ਮੈਚ ਬਿਜਲਪੁਰ ਤੇ ਡਕਾਲਾ ਅਗਲੀ ਕੌਡੀ ਜੱਸੇ ਪ੍ਰਧਾਨ ਵੱਲੋਂ ਲਗਰੋਈ ਦੀ ਟੀਮ ਨੂੰ ਕਹਿੰਦੇ 100 ਦੇ ਦਿੱਤਾ ਗਿਆ ਐਨ ਮੇਰੇ ਵੀਰੇ ਜੱਸਾ ਪ੍ਰਧਾਨ ਮਾਣ ਕਰਦਾ ਆਹ ਉਧਰਲੇ ਪਾਸੇ ਫਾਈਨਲ ਹੈ 35 ਦਾ ਫਾਈਨਲ ਹੈ 35 ਦਾ ਫਾਈਨਲ ਹੈ 35 ਦਾ ਫਾਈਨਲ ਮੈਂ ਦੂਰ ਆ ਜਦੇ ਆਪ ਲਗੇ ਜਾ ਉਦੇ ਹੀ ਕੈਂਚੀ ਘੁੱਟ ਕੈਂਚੀ ਲੱਗੀ ਵੇ ਗਿੱਟੇ ਨੂੰ ਪੱਕਾ ਦਾ ਫੜ ਲਾ ਕੁਛ ਓਏ ਭੱਜੂ ਆ ਹਾਂ ਹਾਂ ਠੀਕ ਆ ਰਿਹਾ ਘੁੱਟ ਦੇ ਕੈਂਚੀ ਫੁੱਲ ਘੁੱਟ ਦੇ ਕੈਂਚੀ ਬਸ ਸਹੀ ਆ ਸਹੀ ਆ ਸਹੀ ਆ ਹਾਂਜੀ ਹਾਂਜੀ ਲਓ ਆ ਗਿਆ ਤੁਹਾਡਾ ਬਹੁਤ ਮਿਹਰਬਾਨੀ ਆ ਪਸਿਆਣਾ ਦੇ ਬਲਵੇੜਾ ਕਲੱਬ ਵੀਰੇ
ਉਧਰ ਕਹਿੰਦੇ ਬਰਾਇਟੀ ਬਰਨ, ਭਗਵੰਤ ਬਰਨ ਤੇ ਦਵਿੰਦਰ ਸਿੱਧੂ ਨਸ਼ਾ ਛੁਡਾਊ ਕਮੇਟੀ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ, ਜਿਹਨਾਂ ਦੀ ਕਹਿੰਦੇ ਸੋਚ ਨੂੰ ਸਲਾਮ ਹੈ। ਐਨ ਕਹਿੰਦੇ ਭਰਾ ਐਨ ਨਸ਼ਾ ਛੁਡਾ ਰਿਹਾ ਤੇ ਵੱਡੇ ਵੱਡੇ ਜਿਹੜੇ ਨਾਕੇ ਵੀ ਲੱਗੇ ਹੋਏ ਹੈ ਤੇ ਐਨ ਕਹਿੰਦੇ ਮੁੰਡਾ ਕੱਲਾ ਹੀ ਕੱਲਾ ਹੀ ਕੱਲਾ ਹੀ ਅੰਦਰ ਕਰੀ ਜਾਂਦਾ। ਐਨ ਕਹਿੰਦੇ ਮੁੰਡਾ ਕੱਲੇ ਹੀ ਕੱਲੇ ਹੀ ਕਹਿੰਦੇ ਐਨ ਸਵਾਦ ਲਿਆ ਪਿਆ ਮੁੰਡੇ ਨੇ ਸਿਰੇ ਹੀ ਘਰਮਾ ਦਿੱਤਾ ਹੈ ਖੇਡ ਦੇ ਮੈਦਾਨ ਅੰਦਰ। ਉਧਰ ਬਹੁਤ ਵੱਡਾ ਧੰਨਵਾਦ ਹੈ ਲਾਲ ਸਿੰਘ ਪਰਨਾ ਲੋਕ ਹਿੱਤ ਸੇਵਾ, ਹਰਦੀਪ ਸਿੰਘ ਦੀਪੀ, ਹਰਵਿੰਦਰ ਸਿੰਘ ਰੇਕੀ, ਮਣੀ ਵਰਨਾ, ਗੁਰਤੇਜ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਬੱਗਾ, ਬੱਲੀ ਵਰਨਾ ਨਾਲ ਕਹਿੰਦੇ ਉਧਰ ਵੱਡਾ ਧੰਨਵਾਦ ਹੈ। ਮੈਂ ਇੱਕ ਨੰਬਰਦਾਰ ਅਰਸ ਜੱਸਾ ਤਲੈ ਬਈ ਗਰਾਉਂਡ ਵਿਚ ਪੁੱਜਣ ਦੀ ਗੁਰਪਾਲ ਦਾ ਕਰਾਈ ਲੈ ਵੀ ਆਉਂਦਾ ਚੌਂਦੇ ਵਾਲੇ ਮੁੰਡੇ ਦੀ ਪੰਜਾਹ ਦੇ ਵੱਡੇ ਵਾਲੇ ਚੌਂਦੇ ਵਾਲਾ ਮੁੰਡਾ ਫਾਸਟ ਹੈ ਸੈਕਿੰਡ ਟੀਮ ਨਨਾਰ ਸੂਆ 35 ਕਿਲੋ ਚੋਂ ਲਖਵਿੰਦਰ ਸਿੰਘ ਠੇਕੇਦਾਰ ਲਖਨੋਈ, ਪ੍ਰਤਾਪ ਸਿੰਘ ਜੀ ਪਿੰਡ ਨੇ ਇੱਕ ਦਿਨ ਹੋ ਗਈ ਪੰਜ ਵਜੇ ਲਾਓ ਸਾਹਮਣੇ ਕਹਿੰਦੇ ਸੈਮੀ ਫਾਈਨਲ ਮੈਚ ਖੇਡਣ ਜਾ ਰਹੇ ਮੇਰੀ ਵੀਰੇ ਇਹਨਾਂ ਮੁੰਡਿਆਂ ਦੀ ਖੇਡਦੇ। ਲਾਓ ਸਾਹਮਣੇ ਕਹਿੰਦੇ ਸੂਰਜ ਦੀ ਕਬੱਡੀ ਭੈਰੀ ਹੈ ਜਾਂ ਫਿਰ ਕਹਿੰਦੇ ਦੋ ਦੇ ਦੋਨੋਂ ਤਿਆਰ ਨੇ ਕਾਲ ਬੰਨੇ ਬੰਨੇ ਗਰਾਊਂਡ ਮੇਰੇ ਮਿੱਤਰੋ। ਆਓ ਸਾਹਮਣੇ ਇੱਕ ਨੇ ਟਰਾਈ ਕੀਤੀ ਹੈ
ਸਮਾਪਤ ਭਾਗ ਸੋਧ ਦੇ ਫਾਈਨਲ ਆਓ ਜੀ ਦੂਜਾ ਸੇਮੀ ਲਗੜੋਈ ਵਾਲੇ ਉਹਨਾਂ ਵੱਲ ਵੀ ਕਹਿੰਦੇ 11,000 ਮੈਚ ਸ਼ੁਰੂ ਹੋ ਗਿਆ ਲੈ ਗਈ ਪਹਿਲੇ ਮੈਚ ਦੇ ਲਈ ਲਗੜੋਈ ਸੀ ਤੇ ਕਲਿਆਣ ਦੋਨੋਂ ਟੀਮਾਂ ਹੋਣ ਗਈ ਹੈ ਲਗੜੋਈ ਸੀ ਤੇ ਕਲਿਆਣ ਹਰਮੇਸ਼ ਸਿੰਘ ਗਾਂਧੀ ਵਰਗਾ ਸਾਡਾ ਵੀਰੋ ਵੀ ਸਟੇਜ ਉੱਤੇ ਆ ਜਾਵੇ ਹਰਮੇਸ਼ ਸਿੰਘ ਗਾਂਧੀ ਵਰਗਾ ਸਟੇਜ ਉੱਤੇ ਵਿਰਾਜਮਾਨ ਹੋ ਜਾਏ ਭਰਾ ਸਕਦਾ ਲਗੜੋਈ ਸੀ ਤੇ ਨਾਲ ਖੇਡੋ ਕਲਿਆਣ ਦੋਨੋਂ ਟੀਮ ਆ ਜਾਣ ਲਓ ਸਾਹਮਣੇ ਪੈਂਦੀ ਹੋਈ ਕਬੱਡੀ ਮੇਰੀ ਵੀਰੋ ਖੇਡਦੇ ਮੈਦਾਨ ਦਾ ਯਾਫੀ ਤਗੜੇ ਤੈਨੂੰ ਤਿਆਰ ਨੇ ਗਰਾਊਂਡ ਤੇ ਚੱਲ ਸਰਦਾਰ ਬਲਦੇਵ ਸਿੰਘ ਜੀ ਪਾਠੀ ਵੱਲੋਂ ਵੀ ਕਹਿੰਦੇ 500 ਦੇ ਵੱਡੇ ਸਹਿਯੋਗ ਨੇ ਮੇਰੇ ਵੀਰੋ ਬਹੁਤ ਵੱਡਾ ਧੰਨਵਾਦ ਹੈ ਮੇਰੀਆਂ ਜਸਰਾਈਆਂ ਦੇ ਵਿੱਚੋਂ ਲਓ ਕਹਿੰਦੀ ਹੋਈ ਰੇਡ ਮੇਰੇ ਵੀਰੋ ਖੇਡ ਦੇ ਮੈਦਾਨ ਅੰਦਰ ਜਾਫੀ ਤਿੰਨ ਤਿਆਰ ਨੇ ਕੌਣ ਬੰਦੇ ਵੱਲੇ ਕਰਾਉਂਦਾ ਹੁੰਦੀ ਕਮਾਲ ਹੁੰਦੀ ਕਮਾਲ ਹੁੰਦੀ ਕਮਾਲ ਲਗੜੋਈ ਸੀ ਤੇ ਕਲਿਆਣ ਲਗੜੋਈ ਕਰਵੇਂਦਰ ਤੇ ਭਾਗ ਸੋ BMS ਸਾਡੀ ਵਾਲੀ ਸਮਾਗਮ ਦੇ ਪਰਮੇਸ਼ਰ ਪਹਾੜ ਪਰ ਨਾਲ ਉਦੇਪੁਰ ਦੀਵਾਨ ਵਾਲਾ ਤੇ ਖੇਡੂ ਲਗੜੋਈ ਦੀ ਜੀ ਟੀਮਾਂ ਮੈਚਾਂ ਦੇ ਅਨੁਸਾਰ ਟੀਮਾਂ ਨੂੰ ਬੇਨਤੀ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਭੈਰੀ ਹੈ ਤੈਨੂੰ ਜਾਫੀ ਪਿਆਰ ਹੈ ਖੇਡ ਦੇ ਮੈਦਾਨ ਤਰੇ ਹੁੰਦੀ ਕਮਾਲ ਲੱਗ ਗਿਆ ਜੱਫਾ ਮੇਰੇ ਵੀਰੋ ਖੇਡ ਉੱਧਰ ਅਮੀਰ ਕਰੇ ਪਰਮਾਤਮਾ ਲਓ ਸਾਹਮਣੇ ਪੈਂਦੀ ਹੋਈ ਰੇਡ ਹੈ ਖੇਡ ਦੇ ਮੈਦਾਨ ਤਰਾ ਜਾਫੀ ਤਗੜੇ ਤੈਨੂੰ ਪਿਆਰ ਹੋਏ ਇਹ ਨੰਬਰ ਰੇਡ ਆਪਣੀ ਟੀਮ ਲਈ ਜੋੜ ਕਰ ਰਿਹਾ ਹੈ ਅਗਲੀ ਗੋਡੀ ਬਹਿ ਗਈ ਹੈ ਜੱਫਾ ਲੱਗ ਗਿਆ ਹੈ ਪਹਿਲੀ ਬੋਲ ਨਿਕਲੀਏ ਜੱਫਾ ਲੱਗ ਗਿਆ ਜਨਾਬ ਜੱਫਾ ਲੱਗ ਗਿਆ ਦੇ ਵਿੱਚ ਚਲੀ ਗਿਆ ਬਾਈ ਦੂਰ ਕਰਦੀ ਬਲਵੇੜਾ ਦੀ ਟੀਮ ਫਾਈਨਲ ਦੇ ਵਿੱਚ ਚਲੀ ਗਈ ਹੈ ਆਓ ਜੀ ਲਗੜੋਈ ਸੀ ਦੇ ਨਾਲ ਖੇਡੋ ਟੀਮ ਕਲਿਆਣ ਦੀ ਟੀਮ ਹੱਥ ਕਰੇ ਮੇਰੇ ਕਲਿਆਣ ਆ ਲਗੜੋਈ ਸੀ ਦੀ ਟੀਮ ਆ ਜਾਏ ਮੇਰੇ ਪਹਿਲਾ ਮੈਚ ਸੰਭਾਲੀ ਸਾਥੀ ਸੰਭਾਲੀ ਸਾਹਮਣੇ ਸਾਥੀ ਵਾਲੀ ਸਵਾਦਾ ਲਗੜੋਈ ਸੀ ਲਗੜੋਈ ਸੀ ਲਗੜੋਈ ਆਵੇ ਦੇਵੀ ਡਾਫੀਆ ਦੇਵੀ ਭਾ ਸੋਹਣਾ ਫੜਕੇ ਲੈ ਕੇ ਜਾਈ ਜਾਂਦਾ ਹੋਇਆ ਪੰਜਾਬ ਆਵੇ ਦਸਾਂ ਪ੍ਰਧਾਨ ਹੈ ਨੋਟਾਂ ਦਾ ਮੀਂਹ ਪਾਉਂਦੇ ਆ ਗੱਲਾਂ ਬਾਤਾਂ ਕੱਲ ਨੂੰ ਲਾਉਣਗੇ ਟਕਾਣੇ ਆਓ ਸਾਹਮਣੇ ਪੈਂਦੀ ਬਗਾਨੇ ਵਾਲੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੂੰ ਮੇਰੇ ਸਟੇਜ ਉੱਤੇ ਆਪਾਂ ਜ਼ਰੂਰ ਆ ਜਾਵਾਂਗੇ ਉਹਨਾਂ ਭਰਾਵਾਂ ਦਾ ਵੀ ਬਹੁਤ ਵੱਡਾ ਧੰਨਵਾਦ ਪ੍ਰੀਤਮ ਸਿੰਘ ਡਰੋਲਾ ਦਾਰਾ ਸਿੰਘ ਡਰੋਲਾ ਬਹੁਤ ਵੱਡਾ ਧੰਨਵਾਦ ਹੈ ਲਓ ਸਾਹਮਣੇ ਕਹਿੰਦੇ ਫਿਰ ਤੋਂ ਜੱਫਾ ਜਿਹੜਾ ਲੱਗ ਚੁੱਕਾ ਮੇਰੀ ਵੀਰੋ ਖੇਡ ਦੇ ਮੈਦਾਨ ਉੱਤੇ ਫਾਈਨਲ ਮੈਚ 45 ਦਾ ਰੇਡ ਲੈ ਗਏ ਉਧਰ ਕਹਿੰਦੇ ਅਗਲੀ ਕੋਟੀ ਪੈ ਗਈ ਹੈ ਤਿੰਨੇ ਚਾਰ ਚਾਰ ਦੇਖਾਂਗੇ ਕਿਹੜਾ ਜੇਤੂ
ਆਸ਼ੀਸ਼ ਸ਼ਰਮਾ ਇਹਦੇ ਵਿੱਚੋਂ ਸ਼ਾਸਤਰੀਆ ਭਾਦਸੋ ਤੇ ਸੈਕਿੰਡ ਬਲਬੇੜਾ ਸ਼ਾਸਤਰ ਭਾਦਸੋ ਸੈਕਿੰਡ ਬਲਬੇੜਾ ਪਾਸੇ ਦੇ ਡੇਰੇ ਵਾਲੇ ਪਾਸੇ ਟੀਮ ਹੈ ਸ਼ਾਦੀ ਹਰੀ ਦੇ ਮੇਰੇ ਵੀਰੇ ਹੋ ਜਫਾ ਲਾਵੇਗਾ ਸੈਂਡ ਗੱਲਾਂ ਕੌਣ ਵੱਖਰੀਆਂ ਬਣਾਵੇਗਾ ਫਾਈਨਲ ਖੇਡਿਆ ਜਾ ਰਿਹਾ ਫੇਰ ਕਬੱਡੀ 55 ਕਿਲੋ ਦਾ ਸਾਹਮਣੇ ਸ਼ਾਦੀ ਹਰੀ ਵਾਲਾ ਏ ਬੱਲੇ 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 ਆਉ ਲੱਗ ਗਿਆ ਜਫਾ ਮੇਰੇ ਮਿੱਤਰੋ ਗਰਾਊਂਡ ਚ ਪਾਣੀ ਪਹੁੰਚਾ ਦੋ ਜੀ ਤੇ ਜਿਹੜੇ ਸਟੋਪ ਲਾਉਂਦੇ ਨੇ ਵੀਰ ਉਹ ਕਿਰਪਾ ਕਰਕੇ ਇੱਧਰ ਸਟੇਜ ਵਾਲੀ ਸਾਈਡ ਆ ਜਾ ਕਰੋ ਉਧਰ ਤੋਂ ਨਾ ਜਾਇਆ ਕਰੋ ਲਓ ਸਾਹਮਣੇ ਪੈਂਦੀ ਹੋਈ ਕਬੱਡੀ ਮੇਰੀ ਮੇਰੀ ਖੇਡ ਦੇ ਮੈਦਾਨ ਖਰਾ ਆਓ ਸਾਹਮਣੇ ਬੱਲੇ ਬੱਲੇ ਪਰ ਲੰਗੜੋਈ ਵਾਲਿਓ ਹੁਣ ਫਾਈਨਲ ਆ ਕੱਲ ਸੈਮੀ ਜੀ ਤਾਂ ਚੱਲ ਗਿਆ ਪਿੰਡ ਵਾਲੇ ਗੁੱਟੇ ਆ ਹੁਣ ਆਏ ਕਿਤੇ ਫਾਈਨਲ ਆ ਸ਼ਾਦੀ ਹਰੀ ਵਾਲੇ ਕਿਸੇ ਗੱਲੋਂ ਆਏ ਆ ਆਓ ਸਾਹਮਣੇ ਕਿਤੇ ਪੈਂਦੀ ਹੋਈ ਕਬੱਡੀ ਮੇਰੇ ਮਿੱਤਰੋ ਜਾਫੀ ਕਿਤੇ ਚਾਰ ਨੇ ਚਾਰੋ ਦੇ ਚਾਰੋ ਕਿਤੇ ਤਿਆਰ ਨੇ 65 ਕਿਲੋ ਦੀ ਸਿਰਫ ਸਾਨੇ ਇੱਕ ਟੀਮ ਹੋਰ ਐਂਟਰ ਕਰਨੀ ਹੈ 9 ਟੀਮਾਂ ਸਾਡੇ ਕੋਲ ਐਂਟਰ ਹੋ ਗਈਆਂ ਜੇ ਇੱਕ ਟੀਮ ਸਾਡੇ ਦਰਮਿਆਨ ਪਹੁੰਚੀ ਆ ਤਾਂ ਉਹ ਐਂਟਰ ਕਰਵਾ ਦਿਓ ਜੀ 65 ਕਿਲੋ ਪਾਣੀ ਦੇ ਦਿਓ ਜੀ ਗਰਾਊਂਡ ਦੇ ਵਿੱਚ ਪਾਣੀ ਜ਼ਰੂਰ ਪਹੁੰਚਾ ਦਿੱਤਾ ਜਾਵੇ ਪਾਣੀ ਜ਼ਰੂਰ ਗਰਾਊਂਡ ਦੇ ਵਿੱਚ ਮਿਲਦਾ ਕਰ ਦਿੱਤਾ ਜਾਵੇ ਉਧਰ ਦੇ ਪਾਸੇ ਪੈਰ ਬੰਦਰੋਂ ਪਾਰ ਹੋਇਆ ਹੈ ਨੰਬਰ ਜਾਫੀਆਂ ਦੇ ਹਿੱਸੇ ਜਾ ਜਾਂਦੇ ਗੜਗੜੇ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਕਦੇ ਤਿਆਰ ਹੈ ਸਾਹਮਣੇ ਆਪਾਂ ਧਰਦੇ ਹੈ ਲਓ ਸਾਹਮਣੇ ਪੈਂਦੀ ਹੋਈ ਕਬੱਡੀ ਮੇਰੇ ਮਿੱਤਰਾਂ ਕਬਰੂ ਬੱਲੇ ਬੱਲੇ ਕਿਉਂ ਕਹੋ ਢਾ ਕੇ ਕਿਲੇ ਬਹਿੰਦਾ ਛਾਤੀ ਹਰੀ ਵਾਲਾ ਮੇਰੇ ਮਿੱਤਰੋ ਆਓ ਸਾਹਮਣੇ ਕਿਹੜੇ ਖਿਲਾਰੀਆਂ ਹੋਈਆਂ ਬਾਹਰ ਕਦੇ ਸੱਜੇ ਵੱਲ ਨੂੰ ਜਾਂਦਾ ਕਦੇ ਖੱਬੇ ਵੱਲ ਨੂੰ ਜਾਂਦਾ ਹੈ ਪ੍ਰੀਆ ਸਕਿੰਟਾਂ ਦਾ ਸਮਾਂ ਹੈ ਲਓ ਸਾਹਮਣੇ ਰਹਿਣ ਮੇਰੇ ਵੀਰੋ ਟੱਚ ਹਜੇ ਬੱਜੇ ਆ ਰਹੀ ਟੱਚ ਮਾਰਨਾ ਪੈਣਾ ਪਰ ਛਾਤੀ ਹਰੀ ਕਹਿੰਦਾ ਮੈਨੂੰ ਛੱਡੋ ਆਪਾਂ ਆਪੇ ਫਿਰ ਦਿੰਦੇ ਹੈ ਆਓ ਹੋ ਗਈ ਕਮਾਲ ਮੇਰੇ ਮਿੱਤਰੋ ਪੱਟੀ ਹੋਈ ਖੁੱਜ ਹੈ ਬੱਜ ਗਈ ਕੈਚੀ ਤੇ ਜੱਫਾ ਜਿਹੜੀ ਕਬੱਡੀ ਪਾਉਣ ਦੇ ਲਈ ਮੁੰਡਾ ਬੱਲਿਆ ਹੋਇਆ ਮੇਰੇ ਮਿੱਤਰੋ ਫਿਰ ਸ਼ਾਦੀ ਹਰੀ ਵਾਲਾ ਹੁਣ ਪਤਲਾ ਪਤਾਮੇ ਦੇ ਸਰੀਰ ਹੈ ਹੁਣ ਫੁਰਤੀ ਹੈ ਮੁੰਡੇ ਦੇ ਸਰੀਰ ਦੇ ਵਿੱਚ ਲਓ ਸਾਹਮਣੇ ਨੰਬਰ ਮਾਰੋ ਬਾਰ ਬਾਰ ਸੱਦੇ ਲਾਏ ਜਾ ਰਹੇ ਨੇ ਜਿੰਨੀਆਂ ਟੀਮਾਂ 65 ਵਾਲੀਆਂ ਪਹੁੰਚ ਚੁੱਕੀਆਂ ਵੀਰੇ ਐਂਟਰੀ ਕਰਵਾਓ ਵੀਰ ਕਹਿੰਦੇ ਪਹਿਲੀਆਂ 10 ਟੀਮਾਂ ਐਂਟਰ ਕਰਾਂਗੇ ਪਹਿਲੀਆਂ 10 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਗੁਰਵਿੰਦਰ ਏਕਤਾ ਖੁੱਲੀਆਂ ਚੱਲਣਗੇ ਵੀਰੇ ਗਰਾਊਂਡ ਚ ਪਾਣੀ ਪਹੁੰਚਾ ਦੋ ਜੀ ਇੱਕ ਬਾਲਟੀ ਪਾਣੀ ਦੀ ਪਹੁੰਚਾ ਦੋ ਗਰਾਊਂਡ ਚ ਮੈਚ ਦੀ ਹੋ ਗਈ ਫੁੱਲ ਤਿਆਰੀ ਰੇਡਾ ਪੈਣੀ ਆ ਵਾਰੋ ਵਾਰੀ ਜੱਫੇ ਖੜਕਣੇ ਸ਼ੇਰਾਂ ਦੇ ਆ ਦੁਨੀਆਂ ਤੱਕ ਵੀ ਜੁੱਸੇ ਇਹਨਾਂ ਪਲੇਅਰਾਂ ਦੇ ਕਰਮਜੀਤ ਕਰੇ ਨਾਲ ਵੱਖਰੀ ਖੇਡ ਕਬੱਡੀ ਵੀ ਕੋਈ ਜਗਰੇ ਵਾਲਾ ਪਾ ਸਕਦਾ ਇਹ ਰੇਡ ਕਬੱਡਾ ਕਿਤੇ ਤਿਆਰ ਹੈ ਆਓ ਸਾਹਮਣੇ ਕਿਤੇ ਕਬੱਡੀ ਪੈਂਦੀ ਆ ਚਾਰ ਜੱਫੀ ਲੰਗੜੋਈ ਆ ਰਹੇ ਹੋ ਜੱਫਾ ਜੁੱਫਾ ਲਾ ਦੋ ਜੱਫਾ ਜੁੱਫਾ ਲਾ ਦੋ ਕਮਾਲ ਪਰ ਉਹ ਹੱਥਾਂ ਤੋਂ ਨਿਕਲਦਾ ਜਾਂਦਾ ਹੈ ਵੀ
ਲਓ ਸਾਹਮਣੇ ਪੈਂਦੀ ਸੀ ਕਬੱਡੀ ਮੇਰੀ ਵੀ ਨੀ ਖੇਡਦੇ ਮੈਦਾਨ ਦਾ ਫਰਿਆ ਹੋਇਆ ਗੁੱਟਾ ਹੈ ਸਾਡੀ ਹਰੀ ਵਾਲੀ ਨੇ ਫੇਰ ਕਹਿੰਦੇ ਸਟੰਡੇ ਕਰ ਦਿੱਤੇ ਹੈ ਆਓ ਸਾਹਮਣੇ ਹਰੀ ਕੁਮਾਰ ਆਓ ਲੱਗਦਾ ਜ਼ੋਰ 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 ਕਬੱਡੀ ਖੇਡੀ ਇਹਨਾਂ ਭਰਾਵਾਂ ਨੇ ਲਓ ਸਾਹਮਣੇ ਹਰਦੀਪ ਕਮਾਲ ਉੱਧਰਲੇ ਪਾਸੇ ਆਓ ਕਰ ਗਿਆ ਕਮਾਲ ਲਓ ਸਾਹਮਣੇ ਕਹਿੰਦੇ ਜੱਸੇ ਦੀ ਕਬੱਡੀ ਭੈਰੀ ਹੈ ਅਗਲੀ ਕਬੱਡੀ ਪਾਉਣ ਦੇ ਲਈ ਵੱਡਾ ਫਿਰ ਤੋਂ ਕਿਤੇ ਬਣਿਆ ਹੋਇਆ ਮੇਰੇ ਮਿੱਤਰੋ ਸਾਹਮਣੇ ਬੱਲੇ 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 ਕਮਾਲ ਖਿੱਚਦੀ ਸਪੀਡ ਭੱਜਦੀਆਂ ਡਾਡਾ ਹੋ ਗਿਆ ਮੂਹਰੇ ਲੱਗਦਾ ਕਬੱਡੀ ਪਾਉਣ ਦੇ ਲਈ ਬਣੇ ਹੋਏ ਮੇਰੀ ਵੀਰੋ ਤਿੰਨ ਜਾਫੀ ਕਹਿੰਦੇ ਤਿਆਰ ਨੇ ਫਾਈਨਲ ਖੇਡਿਆ ਜਾ ਰਿਹਾ ਪਰਵੰਜਾ ਦਾ ਦੱਸਾ ਦੱਸਾ ਮੈਂ ਪਹਿਲਾਂ ਆਖਿਆ ਭੱਜੇ ਕਮਾ ਮੇਰੇ ਖੇਡਦੇ ਮੈਦਾਨ ਭਰਾ ਲਓ ਸਾਹਮਣੇ ਕਿਵੇਂ ਕਹਿੰਦੇ ਅਸੀਂ ਤਿਆਰ ਰਹੇ ਸਾਡੀ ਜਿਹੜੀ ਪਿੰਡਾਂ ਮੁੰਡਿਆਂ ਦਾ ਜੇ ਐਸ ਨੈਟਵਰਕ ਟੀਵੀ ਤੇ ਕਹਿੰਦੇ ਅੱਜ ਦੇ ਵੱਡੇ ਕੱਪ ਦਾ ਲਾਈਵ ਚੱਲੂ ਮੇਰੇ ਮਿੱਤਰੋ ਪੱਲੇ ਪੱਲੇ ਹੋ ਗਈ ਮੇਰੇ ਮਿੱਤਰੋ ਉਧਰਲੇ ਪਾਸੇ ਜੱਸਾ ਜੱਸਾ ਇਹ ਪੱਲੇ ਜਿਹੜਾ ਗੱਭਰੂ ਲੱਗਿਆ ਉਹ ਕਰਵਾਊ ਬੱਲੇ ਬੱਲੇ ਪਰ ਕੰਨੀ ਵਾਲਾ ਕਹਿੰਦਾ ਮੈਨੂੰ ਛੱਡੋ ਲੈ ਵੀ ਦੱਸਿਆ 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 ਹੁਣ ਭੱਜ ਹੁਣ ਭੱਜ ਹੁਣ ਭੱਜ ਹੁਣ ਭੱਜ ਸ਼ਾਦੀ ਹਰੀ ਫਾਸਟ ਹੈ ਤੇ ਸਿਰ ਕਿਤੇ ਲਗੜੋਈ ਗੁਰਵਿੰਦਰ।